ਪਾਈਪੰਦ ਖਾਲਸਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਚਰਨਜੀਤ ਸਿੰਘ ਤੇ ਮੇਰੇ ਨਾਲ ਹਰ ਰੋਜ਼ ਦੀ ਤਰ੍ਹਾਂ ਸਾਬਕਾ ਮੈਂਬਰ ਪਾਰਲੀਮੈਂਟ ਸਰਦਾਰ ਰਤਿੰਦਰਪਾਲ ਸਿੰਘ ਜੀ ਸਰਦਾਰ ਰਤਿੰਦਰਪਾਲ ਸਿੰਘ ਜਿਹੜੇ ਕੌਮੀ ਤੇ ਕੁਮੰਤਰੀ ਮਸਲਿਆਂ ਦੇ ਉੱਤੇ ਖਾਸ ਕਰਕੇ ਸਿੱਖ ਮਸਲਿਆਂ ਉੱਤੇ ਬਾਜ਼ਖ ਰੱਖਦੇ ਨੇ ਹਰ ਪੱਖ ਦੇ ਮਸਲੇ ਦੇ ਉੱਤੇ ਇਹਨਾਂ ਦੀ ਆਪਣੀ ਇੱਕ ਵੱਖਰੀ رائے ਹੁੰਦੀ ਹੈ ਔਰ ਉਹ رائے ਹਮੇਸ਼ਾ ਸਾਰਤਕ ਸਿੱਧ ਹੁੰਦੀ ਹੈ ਸਰਦਾਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇੱਕ ਬੜਾ ਭਖਦਾ ਮਸਲਾ ਪਿਛਲੇ ਕੁਝ ਦਿਨਾਂ ਤੋਂ ਸਰਗੋਸ਼ੀਆਂ ਦੇ ਵਿੱਚ ਹੈ ਕਾਂਗਰਸ ਦੇ युवराज ਦੱਸੇ ਜਾਂਦੇ ਰਾਹੁਲ ਗਾਂਧੀ ਨੇ ਕੁਝ ਦਿਨ ਪਹਿਲਾਂ ਅਮਰੀਕਾ ਦੇ ਵਿੱਚ ਸੰਬੋਧਨ ਦੌਰਾਨ ਇਹ ਗੱਲ ਕਹੀ ਸੀ ਕਿ ਭਾਰਤ ਵਿੱਚ ਘੱਟ ਗਿਣਤੀਆਂ ਨੂੰ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਨੇਵੀ ਕਿਹਾ ਸੀ ਕਿ ਸਿੱਖਾਂ ਦੇ ਕਕਾਰ ਵੀ ਸੁਰੱਖਿਅਤ ਨਹੀਂ ਹਨ ਉਹਨਾਂ ਨੂੰ ਪੇਪਰ ਦੇਣ ਲੱਗਿਆ ਕਕਾਰ ਲਾਉਣ ਲਈ ਕਿਹਾ ਜਾਂਦਾ ਇਸ ਮਾਮਲੇ ਲੈ ਕੇ ਸਿੱਖ ਲੀਡਰਸ਼ਿਪ ਤੱਕ ਰਵਈਆ ਬਹੁਤ ਵਧੀਆ ਨਹੀਂ ਰਿਹਾ ਜੀ ਸਰਦਾਰ ਸਾਹਿਬ ਉਹਨਾਂ ਚਰਨਜੀਤ ਸਿੰਘ ਜੀ ਬਹੁਤ ਅਫਸੋਸਨਾਕ ਗੱਲ ਹੋ ਰਹੀ ਆ ਕਿ ਸਿੱਖ ਨਾ ਤਾਂ ਆਪਣੇ ਹਿੱਤਾਂ ਦੇ ਸਬੰਧ ਵਿੱਚ ਜਾਗਰੂਕ ਨੇ ਨਾ ਸਿੱਖਾਂ ਨੂੰ ਇਹ ਸਮਝ ਆ ਮੈਂ ਤਾਂ ਪੂਰੇ ਸਿੱਖ ਡਾਇਸਪੋਰੇ ਦੀ ਇਹ ਹੀ ਅੱਜ ਗੱਲ ਕਰ ਰਿਹਾ ਭਾਰਤ ਵਿਚਲੇ ਵੀ ਤੇ ਬਾਹਰਲੇ ਵੀ ਜੀ ਨਾ ਸਿੱਖਾਂ ਨੂੰ ਇੰਨੀ ਕੁ ਸੂਝ ਆਈ ਇੰਨੀ ਕੁੱਟ ਖਾ ਕੇ ਇੰਨੀ ਮਾਰ ਖਾ ਕੇ ਜੈਨੋਸਾਈਡ ਕਰਾ ਕੇ 84 ਦਾ ਵੀ ਨਵੰਬਰ ਦਾ ਵੀ ਉਸ ਤੋਂ ਬਾਅਦ ਲਗਾਤਾਰ ਤਾਂ ਇਸ ਕਿੰਨੇ ਆਪਰੇਸ਼ਨ ਹੋ ਗਏ ਉਹਨਾਂ ਨੂੰ ਇਹ ਹੀ ਨਹੀਂ ਸਮਝ ਆਈ ਕਿ ਕੂਟਨੀਤੀ ਕੀ ਹੁੰਦੀ ਹੈ ਤੇ ਦੁਸ਼ਮਣ ਨਾਲ ਵੀ ਕੂਟਨੀਤੀ ਅਸੀਂ ਕਿਵੇਂ ਨਿਭਾ ਸਕਦੇ ਆ ਜਿਹੜਾ ਦੁਸ਼ਮਣ ਨਾਲ ਓਦੋਂ ਦੁਸ਼ਮਣ دوست ਸੀ ਭਾਜਪਾ ਤੇ ਕਾਂਗਰਸ ਉਸ ਭਾਜਪਾ ਨਾਲ ਅਸੀਂ ਅੱਜ ਤੱਕ ਨਿਭਦੇ ਚੱਲੇ ਆ ਰਹੇ ਹਾਂ ਜਦ ਕਿ ਉਹ ਭਾਜਪਾ 84 ਕਰਾਉਣ ਵਾਲੀ ਸੀ ਤੇ ਨਵੰਬਰ 84 ਚ ਵੀ ਆਰਐਸਐਸ ਤੇ ਭਾਜਪਾ ਦੀ ਹਿੱਸੇਦਾਰੀ ਸੀ ਬੁਖਾਰੋਈ ਚ ਜਿੰਨਾ ਕੁਝ ਹੋਇਆ ਉਹ ਸਾਰਾ ਕਾਂਗਰਸੀਆਂ ਨੇ ਨਹੀਂ ਸੀ ਕਰਾਇਆ ਜ਼ਿਆਦਾਤਰ ਭਾਜਪਾਈਆਂ ਨੇ ਕਰਾਇਆ ਸੀ ਕਾਨਪੂਰ ਵਿੱਚ ਵੀ ਜ਼ਿਆਦਾਤਰ ਭਾਜਪਾਈਆਂ ਨੇ ਕਰਾਇਆ ਸੀ ਅਸੀਂ ਭੁੱਲਦੇ ਜਾ ਰਹੇ ਹਾਂ ਸਾਰਾ ਕੁਝ ਪਰ ਜਿਹੜਾ ਹੁਣ ਦਾ ਸਬੰਧ ਹੈ ਕਿ ਰਾਹੁਲ ਗਾਂਧੀ ਦੇ ਬਿਆਨ ਤੇ ਜਿਹੜੇ ਸਿੱਖ ਪ੍ਰਤੀਕਰਮ ਆ ਰਹੇ ਨੇ ਇਹ ਬਹੁਤ ਖਤਰਨਾਕ ਨੇ ਕਹ ਤੱਕ ਨੇ ਕਿ ਸਿੱਖਾਂ ਨਮਿਤ ਇਹ ਚੀਜ਼ ਪ੍ਰਗਟ ਕਰਨ ਵਾਲੇ ਨੇ ਕਿ ਸਿੱਖਾਂ ਨੂੰ ਨਾ ਤਾਂ ਆਪਣੇ ਹਿੱਤ ਦੀ ਰਾਜਨੀਤੀ ਕਰਨੀ ਆਉਂਦੀ ਆ ਨਾ ਸਿੱਖ ਆਪਣੇ ਹਿੱਤੇ ਚ ਕੂਟਨੀਤੀ ਤੱਕ ਪਹੁੰਚੜੇ ਲੈ ਸਕਦੇ ਨੇ ਨਾ ਹੀ ਸਿੱਖ ਆਪਣੇ ਹਿੱਤੇ ਚ ਰਾਜਨੀਤਿਕ ਅਤੇ ਕੂਟਨੀਤਕ ਵਿਆਖਿਆਵਾਂ ਨੂੰ ਪਰਵਾਸ਼ਿਤ ਕਰ ਸਕਦੇ ਨੇ ਤੇ ਇਹ ਵੀ ਗੱਲ ਸਾਬਤ ਹੋ ਰਹੀ ਹੈ ਕਿ ਸਿੱਖ ਲੀਡਰਸ਼ਿਪ ਹਮੇਸ਼ਾ ਹੀ ਔਰ ਆਮ ਤੌਰ ਤੇ ਸਿੱਖ ਵੀ ਹਮੇਸ਼ਾ ਹੀ ਦੁਸ਼ਮਣ ਦੀਆਂ ਗੋਟੀਆਂ ਅਨੁਸਾਰ ਕਟਪੁਤਲੀ ਬਣ ਕੇ ਕੰਮ ਕਰਦੇ ਨੇ ਇਹ ਚੀਜ਼ਾਂ ਪਰਤਾਖੂ ਰਹੀਆਂ ਨੇ ਮੈਂ ਕੋਈ ਰਾਹੁਲ ਗਾਂਧੀ ਦੇ ਪੱਖ ਦੀ ਗੱਲ ਨਹੀਂ ਕਰ ਰਿਹਾ ਮੈਂ ਸਿੱਖ ਕੌਮ ਦੇ ਪੱਖ ਦੀ ਗੱਲ ਕਰ ਰਿਹਾ ਪਹਿਲਾਂ ਨੂੰ ਜਿਹੜੇ ਵੀ ਸੁਣ ਰਹੇ ਨੇ ਉਹ ਚੰਗੀ ਤਰ੍ਹਾਂ ਆਪਣੇ ਦਿਮਾਗ ਦੇ ਕਪਾਟ ਖੋਲ ਕੇ ਸਮਝ ਲੈਣ ਕਿ ਅੱਜ ਦੀ ਜਿਹੜੀ ਹੈ ਚਰਚਾ ਨਾ ਤਾਂ ਰਾਹੁਲ ਗਾਂਧੀ ਦੇ ਪੱਖੀਚਾ ਨਾਲ ਆ ਭਾਸ਼ਪਾ ਦੇ ਵਿਰੋਧ ਵਿੱਚ ਆ ਇਹ ਨਿਰਪੱਖ ਸਿੱਖਾਂ ਦੇ ਹੱਕ ਵਿੱਚ ਆ ਅਸੀਂ ਸਿੱਖੀ ਤਾਂ ਲਈ ਕੀ ਕਰਨਾ ਚਾਹੀਦਾ ਤੇ ਕੀ ਕਰ ਰਹੇ ਆ ਇਸ ਦੀ ਪਰਚੋਲ ਬੜੀ ਜ਼ਰੂਰੀ ਆ ਦੇਖੋ ਰਾਹੁਲ ਗਾਂਧੀ ਤੇ ਹੁਣ ਮੱਧ ਪ੍ਰਦੇਸ਼ ਦੇ ਛਿੰਦਵਾਲਾ ਤੇ ਦੁਰਗਿਚੇ ਦੋ ਕੇਸ ਕਰਾਉਣ ਵਾਲੇ ਕਿਹੜੇ ਨੇ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵਾਲੇ ਉੱਤੇ ਸਿੰਘ ਸਭਾ ਵਾਹੀ ਨੇ ਮੱਧ ਪ੍ਰਦੇਸ਼ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਬਣੀ ਹੋਈ ਆ ਛੱਤੀਸਗੜ ਸਿੰਘ ਸਭਾ ਵੀ ਬਣੀ ਹੋਈ ਆ ਪਾਪਾਨੀਆਂ ਲੋਗ ਕਹੀ ਹੋ ਜਾਈ ਨੇ ਕਿ ਹਮੇਸ਼ਾ ਹੀ ਮਤਲਬ ਸੱਤਾ ਲੋਲੋਤਾ ਲਈ ਰੋ ਸੱਤਾ ਲਈ ਜਿਹੜੀ ਸੱਤਾ ਨੇ ਇਹਨਾਂ ਦਾ ਅੱਜ ਤੱਕ ਕੋਈ ਭਲਾ ਨਹੀਂ ਕੀਤਾ ਜਾਤੀ ਕੁਝ ਚੀਜ਼ਾਂ ਦੇਣ ਤੋਂ ਇਲਾਵਾ ਪਰ ਜਿਹੜੇ ਜੋ ਇਹਨਾਂ ਨੂੰ ਜਾਤੀ ਤੌਰ ਤੇ ਦਿੰਦੇ ਨੇ ਉਸ ਦੇ ਬਦਲੇ ਜਮਾਤੀ ਤੌਰ ਤੇ ਕਰੋੜ ਗੁਣਾ ਵੱਧ ਨੁਕਸਾਨ ਕਰ ਜਾਂਦੇ ਨੇ ਕਰੋੜ ਗੁਣਾ ਕਹਿ ਰਿਹਾ ਮੈਂ ਐਸੇ ਖਾਨਵਾਜ ਤੱਕ ਪੱਲੇ ਨਹੀਂ ਪਈ ਹਲਕਾਰ ਸਰਸਾਨਾ ਨਿਤਿਆਨੰਦ ਨੂੰ ਮਿਲ ਕੇ ਜਿਹੜਾ ਮੈਮੋਰੰਡਮ ਦੇ ਦਿੱਤਾ ਜੋ ਪੂਰੀ ਬੋਲ ਰਿਹਾ ਜੋ ਹੋਰ ਆਛ ਪਈਆਂ ਨੇ ਸਿੱਖਾਂ ਨੂੰ ਜਿਹੜੇ ਪਾਸੇ ਤੋੜ ਦਿੱਤਾ ਮਤਲਬ ਬੜੀ ਸ਼ਰਮਨਾਕ ਗੱਲ ਆ ਕਿ ਤੁਸੀਂ ਆਪਣੇ ਨਿੱਜੀ ਰਾਜਨੀਤਿਕ ਹਿੱਤਾਂ ਲਈ ਤੇ ਉਸ ਲਿਪਲੀਪੇ ਗੁੜ ਤੇ ਮੱਖੀਆਂਾਂ ਚਿਪਕੀ ਹੋਏ ਹੋ ਜਿਸ ਨੇ ਤੁਹਾਨੂੰ ਉਦੋਂ ਤੱਕ ਹੀ ਗੁੜ ਚੂਸਣ ਦਾ ਸਮਾਂ ਦੇਣਾ ਜਦ ਤੱਕ ਉਸ ਗੁੜ ਨੇ ਤੁਹਾਨੂੰ ਆਪਣੇ ਆਪ ਵਿੱਚ ਜਜਬ ਕਰਕੇ ਮੋਢੇ ਘਾਟ ਨਹੀਂ ਉਤਾਰ ਦੇਣਾ ਕਿ ਉਹ ਆਗੂ ਨੇ ਸਾਰੇ ਚੋਕ ਵੇਰ ਬਾਦਲ ਦਾ ਆਸ਼ਰ ਦੇਖ ਲੋ ਯਾਰੀ ਤੋੜੀ ਆ ਤੇ ਅੱਖਾਂ ਦਿਖਾ ਰਹੇ ਨੇ ਪੂਰੇ ਪੰਜਾਬ ਵਿੱਚ ਐਸੀ ਤਾਂ ਅਸੀਂ ਫੇਰ ਕੇ ਰਾਤ ਦਿੱਤੀ ਉਹਨਾਂ ਨੇ ਪਰ ਕਿੰਨੇ ਤੁਹਾਡੇ ਸਿੱਖ ਉਧਰ ਨੂੰ ਖਿੱਚ ਲਏ ਉਹਨਾਂ ਨੇ ਇਹ ਚੀਜ਼ਾਂ ਦਾ ਪ੍ਰਗਟਾਵਾ ਭਰ ਤਖਤ ਉਰ ਤੇ ਇਹ ਦੱਸਦਾ ਹੈ ਕਿ ਸਿੱਖ ਪੂਰੇ ਕੇ ਆਪਣੇ ਦੁਸ਼ਮਣ ਦੇ ਨੈਰੇਟਿਵ ਦੇ ਮੱਕੜ ਜਾਲ ਵਿੱਚ ਹਮੇਸ਼ਾ ਫਸ ਜਾਂਦੇ ਨੇ ਤੇ ਆਪਣੇ ਹਿੱਤ ਦੀਆਂ ਗੱਲਾਂ ਨੂੰ ਚੁਗੀ ਨਹੀਂ ਪਾਉਂਦੇ ਮੈਂ ਇੱਕ ਐਗਜ਼ਾਮਪਲ ਦੇਣਾ ਚਾਹੁੰਦਾ ਮੰਨੋ ਕਾਂਗਰਸ ਦੋਸ਼ੀ ਹੈ ਮੰਨ ਲਿਆ ਸਾਰੇ ਮੰਨ ਰਹੇ ਨੇ ਕਿਉਂਕਿ 40 ਸਾਲਾਂ ਤੋਂ ਪ੍ਰਚਾਰ ਹੀ ਹੋ ਰਿਹਾ ਲੋਕਿਆਂ ਦੇ ਵਿੱਚ ਬਾਦਲ ਪਰਿਵਾਰ ਦੇ ਹਿੱਤ ਸੀ ਅਕਾਲੀ ਦਲ ਦੀ ਵੋਟ ਤੇ ਹਿੱਤ ਸੀ ਪਰ ਕੀ ਕਾਂਗਰਸ ਨੂੰ ਆਪਰੇਸ਼ਨ ਬਲੂ ਸਟਾਰ ਜਿਹਨੂੰ ਸਰਕਾਰ ਨੇ ਕਿਹਾ ਅਸੀਂ ਤੀਜਾ ਕਾਲੂ ਕਾਰਾ ਕਹਿੰਦੇ ਆ ਉਹ ਕਰਵਾਉਣ ਵਾਸਤੇ ਪ੍ਰੇਰਿਤ ਅਤੇ ਸ਼ਕਤੀ ਕਿੰਨੇ ਦਿੱਤੀ ਆਰਐਸਐਸ ਤੇ ਭਾਜਪਾ ਨੇ ਇਸ ਸਾਜਿਸ਼ ਦੇ ਕੇਸ ਵਿੱਚ ਸਾਚੀ ਨੂੰ ਜਿਆਦਾ ਵੱਡੀ ਸਜ਼ਾ ਹੁੰਦੀ ਹੈ ਤੇ ਤੁਸੀਂ ਉਹਨੂੰ ਕੀ ਸਜ਼ਾ ਦਿੱਤੀ ਆਪਣੇ ਨਾਲ ਭਾਈਵਾਲ ਬਣਾ ਲਿਆ ਸਰਕਾਰ ਇਹ ਚ ਤੇ ਅੱਜ ਤੁਸੀਂ ਉਸ ਭਾਈਵਾਲੀ ਨੂੰ ਨਿਭਾਉਣ ਵਾਸਤੇ ਸਿੱਖਾਂ ਦੇ ਹਿੱਤ ਦੀ ਗੱਲ ਨੂੰ ਨਕਾਰਨ ਵਾਸਤੇ ਉਹ ਦੁਸ਼ਮਣੀ ਆਂਡ ਆ ਰਹੇ ਹੋ ਕਿਵੇਂ ਮੈਂ ਫੇਰ ਇਹ ਸਮਝਾ ਦੇਣਾ ਚਾਹੁੰਦਾ ਕਾਂਗਰਸ ਨੇ ਜੋ ਕੀਤਾ ਉਹ ਓਨਾ ਹੀ ਵੱਡਾ ਜੁਰਮ ਭਾਜਪਾ ਦਾ ਵੀ ਤੇ ਜਨਸੰਗੀਆਂ ਦਾ ਵੀ ਧਾਰ ਸਸਤਾ ਵੀ ਆ ਐਸੇ ਹੀ ਕੋਈ ਦੁਰਾਵਾ ਨਹੀਂ ਹੁਣ ਕਾਂਗਰਸ ਨੂੰ ਅਸੀਂ ਦੋਸ਼ੀ ਦੇ ਰਹੇ ਆ ਤੇ ਕਾਂਗਰਸ ਦਾ ਵਰਤਮਾਨ ਦਾ ਜਿਹੜਾ ਨਾਇਕ ਹੈ ਜਿਹੜਾ ਹੋ ਸਕਦਾ ਅੱਗੇ ਜਾ ਕੇ ਪ੍ਰਧਾਨ ਮੰਤਰੀ ਬਣੇ ਉਹ ਲਗਭਗ ਨਾਕਰਾਂ ਹੀ ਲਕੀਰਾਂ ਖਿੱਚ ਕੇ ਸਿੱਖਾਂ ਨੂੰ ਆਪਣੇ ਹੀ ਨਾਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਤੇ ਇਹ ਲਾਜ਼ਮੀ ਨਹੀਂ ਜੇ ਹੁੰਦਾ ਕਿ ਪਹਿਲਾਂ ਤੁਸੀਂ ਕਹੋ ਕਿ ਤੂੰ ਸਾਡੀ ਲਾਤੇ ਠੋ ਨਿਕਲ ਮਾਫੀਆਂ ਮੰਗ ਲੈ ਤੇ ਫਿਰ ਅਸੀਂ ਸੋਚਾਂਗੇ ਅਸੀਂ ਤੇਰੇ ਬਾਰੇ ਵਿੱਚ ਕੀ ਕਰਨਾ ਹੈ ਤਾਂ ਕੂਟਨੀਤੀ ਨਹੀਂ ਜੇ ਹੁੰਦੀ ਚਾਹੀਦਾ ਤੇ ਅਸੀਂ ਮੈਂ ਉਹਨਾਂ ਜਿ ਸਾਰੀ ਗੱਲ ਸੰਪੂਰਨਤਾ ਵਿੱਚ ਕਰਾਂਗਾ ਚੈਦਾ ਤੇ ਆਸੀ ਜਿਸ ਵੇਲੇ ਦਰਬਾਰ ਸਾਹਿਬ ਉਹ 2 ਦਿਨ 3 ਦਿਨ ਜਿੰਨੇ ਦਿਨ ਵੀ ਸੇਵਾ ਕਰਦਾ ਰਿਹਾ ਉਸ ਵੇਲੇ ਉਹ ਕੋਸ਼ਿਸ਼ ਉਹਨੇ ਆਪਣੇ ਵੱਲੋਂ ਪੂਰੀ ਕੀਤੀ ਉਹ ਸੰਗਤ ਦੇ ਨੇੜੇ ਤੋਂ ਨੇੜੇ ਜਾਏ ਉਹ ਪੱਤਰਕਾਰਾਂ ਦੇ ਨੇੜੇ ਤੋਂ ਨੇੜੇ ਜਾਏ ਉਹ ਪ੍ਰਬੰਧਕਾਂ ਦੇ ਨੇੜੇ ਤੋਂ ਨੇੜੇ ਜਾਏ ਬਿਨਾਂ ਸਿਕਿਉਰਿਟੀ ਤੋਂ ਕਿਸੇ ਸਿੱਖ ਨੇ ਜ਼ਰੂਰਤ ਨਹੀਂ ਕੀਤੀ ਕਿ ਉਹਦੇ ਨੇੜੇ ਆ ਸਕਣ ਉਹਨੇ ਤਾਂ ਨੇੜੇ ਜਾਣ ਦੀ ਕੋਸ਼ਿਸ਼ ਕੀਤੀ ਆਹ ਹੈ ਰਾਣਾ ਅੰਮ੍ਰਿਤਸਰ ਦੀ ਪੱਤਰਕਾਰੀ ਤੇ ਖੁੰਡ ਪੱਤਰਕਾਰੀ ਮੰਨੀ ਜਾਂਦੀ ਐ ਅੰਮ੍ਰਿਤਸਰ ਦੀ ਸਿੱਖੀ ਦਾ ਸਾਰਾ ਕੰਮ ਉੱਥੋਂ ਸ਼ੁਰੂ ਹੁੰਦਾ ਪੰਥ ਦਾ ਸਾਰਾ ਕੰਮ ਉੱਥੋਂ ਸ਼ੁਰੂ ਹੁੰਦਾ ਕਿ ਕਿਸੇ ਵੀ ਅੰਮ੍ਰਿਤਸਰ ਦੇ ਪੱਤਰਕਾਰ ਨੇ ਜਾ ਕੇ ਉਹਨੂੰ ਇਹ ਸਵਾਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਕਿ ਭਾਈ ਤੂੰ ਆਇਆ ਕਿਉਂ ਹੈ ਕਿ ਤੇਰੇ ਮਨ ਵਿੱਚ ਪਛਤਾਵਾ ਹੈ ਕਿ ਤੂੰ ਮਾਫੀ ਮੰਗਣ ਵਜੋਂ ਆਇਆ ਹੋ ਸਕਦਾ ਉਹ ਕੁਝ ਬੋਲਦਾ ਤੁਸੀਂ ਜੁਰਤ ਹੀ ਨਹੀਂ ਕੀਤੀ ਅ ਅਕਾਲੀ ਦਲ ਦੇ ਆ ਐਸਜੀਪੀਸੀ ਵਾਲਾ ਨੇ ਇੰਨੀ ਕੋ ਜੁਰਤ ਨਹੀਂ ਕੀਤੀ ਜਣਾ ਖਣਾ ਕੋਈ ਲੀਡਰ ਜਾਂਦਾ ਤੇ ਉਹਨੂੰ ਆ ਮਾਡਲ ਦੇਣ ਤੇ ਸੂਚਨਾ ਕੇਂਦਰ ਇਚ ਸਨਮਾਨਤ ਕਰਨ ਕੌਣ ਜਾਂਦੇ ਨੇ ਤੇ थरथरा ਕੰਬਦੇ ਰਹੇ ਕਿ ਭਈ ਰਜੀਵ ਵਾਂਧੀ ਆ ਗਿਆ ਕਦੇ ਅਸੀਂ ਇਹਦੇ ਨੇੜੇ ਆ ਗਏ ਤੇ ਪੰਥ ਨੇ ਸਾਨੂੰ ਦੋਸ਼ੀ ਮੰਨ ਲੈਣਾ ਉਹ ਪੰਥ ਦੇ ਤੁਸੀਂ ਆਗੂ ਹੋ ਪੰਥ ਨੂੰ ਸਮਝਾਓ ਸਮਝਾਉਣ ਦੀ ਤੁਹਾਡੀ ਜੁਰਤ ਚਾਹੀਦੀ ਏ ਤੁਹਾਡੇ 'ਚ ਬਵੇਕ ਚਾਹੀਦਾ ਤੁਹਾਡੇ ਚ ਇਤਿਹਾਸਕਤਾ ਚਾਹੀਦੀ ਹੈ ਗਿਆਨ ਚਾਹੀਦਾ ਮਤਲਬ ਤੁਸੀਂ ਅਗਿਆਨੀ ਬਣ ਕੇ ਪਾਸਾ ਵਟ ਗਏ ਉਸ ਵੇਲੇ ਮੈਂ ਤੁਹਾਡੀ ਸਿੱਖ ਕੌਮ ਦਾ ਨੁਕਸਾਨ ਕੀਤਾ ਪਹਿਲੀ ਦੂਸਰੇ ਨੁਕਸਾਨ ਉਹਦੋਂ ਹੋ ਗਿਆ ਜੇ ਅਮਰੀਕਾ ਹੀ ਜਾ ਕੇ ਉਹਨੇ ਤੁਹਾਡੇ ਕਕਾਰਾਂ ਦੇ ਹੱਕ ਵਿੱਚ ਬਿਆਨ ਦੇ ਦਿੱਤਾ ਤੇ ਪਰਲਾ ਅਮਰੀਕਾ ਵਾਲਾ ਇਸੇ ਨੂੰ ਬੋਲ ਪਿਆ ਕਿੰਨੇ ਬੁਲਵਾਇਆ ਇਹ ਪਾਜਪਈਆਂ ਨੇ ਬੁਲਵਾਇਆ ਜਿਹੜੇ ਪਾਜਪਾ ਦੇ ਉੱਥੇ ਸਾਲ ਨੇ ਉਹਨਾ ਉਹ ਵੀ ਸਿਖਾਈ ਚੁਈ ਨੇ ਹੁਣ ਜੇ ਇੱਥੇ ਹੋ ਰਿਹਾ ਛਤੀਸਗੜ੍ਹੀ ਚੋਸਤੇ ਕੇਸ ਦੁਰਗ ਚੋਸਤੇ ਕੇਸ ਮੱਧ ਪ੍ਰਦੇਸ਼ੀ ਚੋਸਤੇ ਕੇਸ ਯੂਪੀ ਚੋਸਤੇ ਕੇਸ ਦਿੱਲੀ ਗੁਰਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਮੋਰੰਡਮ ਦੇਣ ਤੋਰੀ ਹੋਈ ਆ ਸਰਸਾ ਸਾਹ ਤੁਰੇ ਹੋਏ ਨੇ ਪਿਆਰ ਸ਼ਰਮ ਕਰੋ ਅਕਲ ਨੂੰ ਹੱਥ ਮਾਰ ਲਓ ਤੁਹਾਨੂੰ ਹਾਕਿਜ ਖੜਾ ਹੋਣਾ ਚਾਹੀਦਾ ਸੀ ਇਸ ਵੇਲੇ ਔਰ ਸਮੁੱਚੀ ਸੇ ਕੌਣ ਆਪਕੇ ਚੜਾਉਣਾ ਚਾਹੀਦਾ ਸੀ ਕਿ ਤੁਹਾਨੂੰ ਇੱਕ ਦੁਸ਼ਮਣ ਵਿੱਚੋਂ ਵੀ ਆਗੂ ਮਿਲ ਗਿਆ ਜਿਹੜਾ ਤੁਹਾਡੇ ਹਿੱਤੇ 'ਚ ਤੇ ਤੁਹਾਡੇ ਹਾਕੀ 'ਚ ਖੜਾ ਹੋ ਰਿਹਾ ਤੇ ਉਸ ਦੀ ਗੱਲ ਨੂੰ ਅੱਗੇ ਵਧਾਉਣਾ ਚਾਹੀਦਾ ਸੀ ਕਿ ਹਾਂ ਹਰਮੀਤ ਕਾਲਕਾ ਤੇ ਸਰਸਰ ਮੰਨਿੰਦਰ ਸਰਸਈ ਚਾਹਤ ਜੁਰਤ ਜਾਂ ਜਿਨ੍ਹਾਂ ਨੇ ਕੇਸ ਕੀਤੇ ਨੇ ਹਰ ਜੁਰਤ ਕਿਉਂ ਕਹਿ ਸਕਣ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੁੰਦੇ ਹੋਏ ਵੀ ਦਿੱਲੀ ਵਿੱਚ ਸਰਸਾ ਸਾਹਿਬ ਦੇ ਹੁੰਦੇ ਹੋਏ ਵੀ ਦਿੱਲੀ ਵਿੱਚ ਸਕੂਲਾਂ ਵਿੱਚ ਵੀ ਸਿੱਖਾਂ ਦੇ ਕੜੇ ਉਤਰਵਾਏ ਜਾਂਦੇ ਨੇ ਕਕਾਰ ਉਤਰਵਾਏ ਜਾਂਦੇ ਨੇ ਦਿੱਲੀ ਵਿੱਚ ਵੀ ਇਮਤਿਹਾਨ ਦੇਣ ਲੱਗਿਆਂ ਕੜੇ ਔਰ ਕਕਾਰ ਕਰਪਾਣ ਉਪਰਵਾਏ ਜਾਂਦੀ ਹੈ ਮੈਂ ਆਪਣਾ ਵੀ ਐਗਜ਼ਾਮਪਲ ਦਿੱਤਾ ਸੀ ਤੁਹਾਨੂੰ ਪਤਾ ਨਹੀਂ ਕਿੱਥੇ ਸ਼ਰਮ ਵਿੱਚ ਖਾਦੇ ਹੋ ਤੁਸੀਂ ਕਿ ਭਈ ਇੱਥੇ ਕੁਝ ਨਹੀਂ ਹੋ ਰਿਹਾ ਪੂਰੀ ਵੀ ਇਹੀ ਕਹਿ ਰਿਹਾ ਇੱਥੇ ਕੁਝ ਨਹੀਂ ਹੋ ਰਿਹਾ ਗਲਤ ਬਿਆਨ ਕਰ ਰਿਹਾ ਜੋ ਗਲਤ ਬਿਆਨ ਕਰ ਰਿਹਾ ਤੇ ਤੁਹਾਡੇ ਨੀਟ ਪ੍ਰੀਖਿਆ ਵਾਲੇ ਔਰ ਤੁਹਾਡੇ ਜਿਹੜੇ ਜੱਜ ਜੱਜਾਂ ਦੀ ਪ੍ਰੀਖਿਆ ਵਾਲੇ ਤੁਹਾਡੇ ਮੈਡੀਕਲ ਦੀ ਪ੍ਰੀਖਿਆ ਵਾਲੇ ਵਿਦਿਆਰਥੀ ਕਿਉਂ ਚੀਕਦੇ ਪਏ ਨੇ ਕਿ ਭਈ ਸਾਨੂੰ ਇਮਤਿਹਾਨ ਨਹੀਂ ਦੇਣ ਦਿੰਦੇ ਤੇ ਬਾਹਰ ਇੰਨਾ ਜ਼ਿਆਦਾ ਪਰਤਾਣਤ ਕਰ ਦਿੰਦੇ ਨੇ ਕਿ ਸਾਡਾ ਸਾਰਾ ਦਿਮਾਗ ਜਿਹੜਾ ਅਸੀਂ ਕਨਸੈਂਟਰੇਟ ਕੀਤਾ ਹੁੰਦਾ ਇਮਤਿਹਾਨ ਤੇ ਉਹਨੂੰ ਛਿੰਨਪਿੰਨ ਕਰ ਦਿੰਦੇ ਨੇ ਤਾਂ ਜੋ ਸਿੱਖ ਬੱਚੇ ਚੁਣਈ ਨਾ ਜਾਣ ਐਨੀ ਅਕਲ ਤੁਹਾਨੂੰ ਆਈ ਨਹੀਂ ਮੈਂ ਹੁਣ ਇੱਥੇ ਐਗਜ਼ਾਮਪਲ ਦੇਣਾ ਚਾਹੁੰਦਾ ਇਹਸ ਮੁੱਦੇ ਤੇ ਤੇ ਜਾਨੀ ਰਾਗਵੀ ਸਿੰਘ ਨੂੰ ਹੀ ਬੋਲਣਾ ਚਾਹੀਦਾ ਪੰਨ ਸਿੰਘ ਸਾਹਿਬ ਆਨਾਂ ਨੂੰ ਫੈਸਲਾ ਕਰ ਲੈਣਾ ਚਾਹੀਦਾ ਜੇ ਅਕਲ ਹੁੰਦੀ ਸਿੱਖ ਡਾਇਸਪੋਰਾ ਵਿੱਚ ਔਰ ਸਿੱਖ ਲੀਡਰਸ਼ਿਪ ਵਿੱਚ ਤੇ ਜਦੋਂ ਰਾਜੀ ਰਾਹੁਲ ਗਾਂਧੀ ਗਿਆ ਐਸ ਜੀ ਪੀ ਸੀ ਦਰਬਾਰ ਸਾਹਿਬ ਜਦੋਂ ਸੇਵਾ ਕਰਨ ਗਿਆ ਤੇ ਇੱਕ ਚਾਹ ਦਾ ਪਿਆਲਾ ਉਹਨੂੰ ਬਿਠਾ ਕੇ ਸੂਚਨਾ ਦਫ਼ਤਰ ਵਿੱਚ ਪਾਇਆ ਜਾ ਸਕਦਾ ਸੀ ਕਿਸੇ ਸਿੱਖ ਨੇ ਤੁਹਾਨੂੰ ਥੱਪੜ ਮਾਰਨ ਨਹੀਂ ਸੀ ਆਣਾ ਔਰ ਜੇ ਮਾਰਨਾ ਵੀ ਜਾਂਦਾ ਤੇ ਤੁਹਾਡੇ ਜੁਰਤ ਚਾਹੀਦੀ ਆ ਤੁਸੀਂ ਦੱਸੋ ਕਿ ਭਈ ਕੀ ਹੈਗਾ ਅਸੀਂ ਕਿਉਂ ਅੰਜ ਕੀਤਾ ਉਹੀ ਜਹਾਂਗੀਰ ਹੈ ਗੱਲ ਨੂੰ ਸਮਝ ਲਓ ਹੁਣ ਸਿੱਖੋ ਨਾ ਕੋਈ ਐਗਜ਼ਾਮਪਲ ਨਹੀਂ ਦੇ ਦੇ ਰਹੇ ਆ ਇਤਿਹਾਸ ਦੱਸ ਰਹੇ ਆ ਤੁਹਾਨੂੰ ਉਹੀ ਜਹਾਂਗੀਰ ਹੈ ਜਿਨੇ ਪੰਚਮ ਪਾਸ਼ਾ ਜੀ ਨੂੰ ਸ਼ਹੀਦ ਕੀਤਾ ਤੇ ਉਹੀ ਜਹਾਂਗੀਰ ਹੈ ਜਿਹੜਾ ਛੇਵੇਂ ਪਾਸ਼ਾ ਜੀ ਨੂੰ ਜੇਲ੍ਹ ਵਿੱਚ ਭੇਜਦਾ ਤੇ ਉਹੀ ਜਹਾਂਗੀਰ ਹੈ ਜਿਹੜਾ ਫਿਰ ਛੇਵੇਂ ਪਾਸ਼ਾ ਜੀ ਨਾਲ ਸ਼ਿਕਾਰ ਖੇਡਦਾ ਤੁਸੀਂ ਤਾਂ ਆਪਣੇ ਗੁਰੂ ਤੋਂ ਵੀ ਡਿਪਲੋਮੇਸੀ ਨਹੀਂ ਸਿੱਖੀ ਕਮਾਲ ਕਰਤੀ ਨੌਵੇਂ ਪਾਸ਼ਾ ਜੀ ਨੂੰ ਦੇਖ ਲਓ ਨੌਵੇਂ ਪਾਸ਼ਾ ਜੀ ਤੋਂ ਬਾਅਦ 10ਵੇਂ ਪਾਸ਼ਾ ਜੀ ਨੂੰ ਦੇਖ ਲਓ ਇੱਕ ਲੰਮਾ ਸਿਲਸਿਲਾ ਹੈਗਾ ਸਾਡੇ ਕੋਲ ਤਾਂ ਦਸਮ ਪਾਸ਼ਾ ਦੇ ਸਿਪਾ ਸਲਾਰ ਵੀ ਨੇ ਮੁਸਲਮਾਨ ਪਰ ਦਸਮ ਪਾਸ਼ਾ ਤੇ ਅਟੈਕ ਕਰਨ ਵਾਲੇ ਵੀ ਨੇ ਮੁਸਲਮਾਨ ਨੌਵੇਂ ਪਾਸ਼ਾ ਜੀ ਨੂੰ ਸ਼ਹੀਦ ਕਰਾਉਣ ਵਾਲੇ ਵੀ ਰਾਸਤਾ ਜਦੋਂ ਦਸਮ ਪਾਤਸ਼ਾਹ ਦੇ ਉੱਤੇ ਅਟੈਕ ਕਰਨ ਵਾਲੀ ਵੀ ਰਾਜ ਸੱਤਾ ਤੇ ਦਸਮ ਪਾਤਸ਼ਾਹ ਹੀ ਔਰੰਗਜ਼ੇਬ ਦੇ بیٹے ਨੂੰ ਦਿੱਲੀ ਦੇ ਤਖਤ ਬਿਠਾਉਣ ਵਾਲੇ ਵੀ ਸ਼ਖਸੀਅਤ ਡਿਪਲਮੇਸੀ ਤੋਂ ਨੂੰ ਅਕਲ ਆਈ ਨਹੀਂ ਹਲੇ ਤੱਕ ਫਿਰ ਤਾਂ ਦਸਮ ਪਾਤਸ਼ਾਹ ਜੀ ਵੀ ਗਲਤ ਹੋ ਗਿਆ ਭਈ ਅਸੀਂ ਕਦੇ ਨੇੜੇ ਹੀ ਨਹੀਂ ਜਾਣਾ ਮੈਂ ਇੱਕ ਐਗਜ਼ਾਮਪਲ ਹੋਰ ਦੇ ਦਿੰਦਾ ਸਾਹਿਬ ਜادہਾਂ ਦੀ ਛੋਟੇ ਸਾਹਿਬ ਜادہਾਂ ਦੀ ਆਪਣਾ ਨਵਾਬ ਮਲੇਰ ਕੋਟਲਾ ਸ਼ੇਰਖਾਨ ਹਰ ਸਿੱਖ ਯੁੱਧ ਹਰ ਯੋਧੇ ਸਿੱਖਾਂ ਦੇ ਖਿਲਾਫ ਲੜਿਆ ਸਿੱਖਾਂ ਤੇ ਮਹਾਨ ਜ਼ੁਲਮ ਕੀਤੇ ਉਹਨੇ ਵੀ ਬੇਕਿਰਕਤ ਜ਼ੁਲਮ ਕੀਤੇ ਕੋਈ ਸ਼ੇਰਖਾਨ ਕੋਈ ਸਿੱਖਾਂ ਦੇ ਫੇਵਰ ਵਾਲੀ ਅਸਲੀ ਨਹੀਂ ਜਰਿਆ ਯਾਦ ਰੱਖੋ ਇਹ ਆਮੇਸ਼ਾ ਇਤਿਹਾਸ ਨੂੰ ਪਰ ਸ਼ੇਰਖਾਨ ਨੇ ਇੱਕ ਗੱਲ ਕੀਤੀ ਸਿਰਫ ਉਹ ਵੀ ਸਿੱਖਾਂ ਦੇ ਹੱਕ ਦੀ ਨਹੀਂ ਕੀਤੀ ਗੱਲ ਨੂੰ ਸਮਝ ਲਿਆ ਜੇ ਉਹਨੇ ਆਪਣੇ دین ਦੇ ਹੱਕੀ ਚ ਗੱਲ ਕੀਤੀ ਕਿ ਬਈ ਬੱਚਿਆਂ ਨੂੰ ਇਸ ਕਦਰ ਪਰਤਾਣਾ ਤੇ ਇੰਜ ਦੀ ਸਜ਼ਾ ਦੇਣੀ ਵੀ دین ਇਜਾਜ਼ਤ ਨਹੀਂ ਦਿੰਦਾ ਇਸਲਾਮ ਇਜਾਜ਼ਤ ਨਹੀਂ ਦਿੰਦਾ ਉਹਨੇ ਸਿੱਖਾਂ ਦੇ ਹੱਕ ਦੀ ਗੱਲ ਨਹੀਂ ਕੀਤੀ ਉਹਨੇ ਆਪਣੇ دین ਦੇ ਹੱਕ ਦੀ ਗੱਲ ਕੀਤੀ ਸਜ਼ਾ ਤਾਂ ਫੇਰ ਵੀ ਦਿੱਤੀ ਗਈ ਸਾਜਦਿਆਂ ਨੂੰ ਸ਼ਹੀਦ ਕੀਤਾ ਗਿਆ ਪਰ ਉਸ ਦੇ دینی ਹੱਕ ਦੀ ਗੱਲ ਨੂੰ ਵੀ ਸਿੱਖ ਨੈਰੇਟਿਵ ਵਿੱਚ ਐ ਪਾ ਦਿੱਤਾ ਗਿਆ ਵੀ ਉਹਨੇ ਸਾਬ ਜਦਾਂ ਦੇ ਲਈ ਹਾਜ਼ਾਰ ਨਾਰਾ ਮਾਰਿਆ ਕੋਈ ਨਹੀਂ ਮਾਰਿਆ ਐਵੇਂ ਜਮਲੀਆਂ ਨਾ ਮਾਰ ਲਿਆ ਕਰੋ ਉਹਨੇ ਆਪਣੇ دین ਦੇ ਹੱਕੀ ਚ ਹਾਜ਼ਾਰ ਨਾਰਾ ਮਾਰਿਆ ਵੀ ਮੇਰੇ دین ਦਾ ਕਾਨੂੰਨ ਤੋੜਿਆ ਜਾ ਰਿਹਾ ਪਰ ਸਿੱਖਾਂ ਨੇ ਉਸ ਵਾਸਤੇ ਵੀ ਉਸ ਦੀ ਤਾਰੀਖ ਕੀਤੀ ਤੁਹਾਨੂੰ ਅੱਜ ਵੀ ਗੇਟ ਬਣਾ ਕੇ ਯਾਦ ਕਰਦੇ ਨੇ ਫਤਿਹਗੁਰ ਸਾਹਿਬ ਜਦ ਕਿ ਉਹਦਾ ਹਾਜ਼ਾਰ ਦਾ ਨਾਰਾ ਸਾਬ ਜਦਾਂ ਦੇ ਹੱਕੀ ਚ ਨਹੀਂ ਸੀ ਤੁਹਾਨੂੰ ਤਾਂ ਨਹੀਂ ਵੀ ਅਕਲ ਨਹੀਂ ਆਈ ਕਿ ਜੇ ਅੱਜ ਇੰਦਰਾ ਗਾਂਧੀ ਦਾ ਪੋਤਾ ਆ ਜਾਂਦਾ ਤੁਹਾਡੇ ਕੋਲ ਤੇ ਤੁਸੀਂ ਸੋਚਦੇ ਹੋ ਅਸੀਂ ਕਾਂਗਰਸ ਹੀ ਨਾ ਅਸੀਂ ਜ਼ੁਲਮੀ ਦੇ ਪੱਖ ਦੀ ਗੱਲ ਵਿੱਚ ਸਾਨੂੰ ਸਿੱਖ ਕਦੇ ਚਿੱਤਰ ਨਾ ਮਾਰ ਸਕਣ ਤੇ ਵਰਤੋਸੀ ਖਾਂਦੇ ਲੀਡਰ ਹੋ ਜੇ ਤੁਸੀਂ ਸਿੱਖਾਂ ਨੂੰ ਸਮਝਾ ਨਹੀਂ ਸਕਦੇ ਸਿੱਖਾਂ ਦੀ ਕਾਹਦੀ ਸਿਆਸਤ ਕਰ ਰਹੇ ਹੋ ਜੇ ਤੁਸੀਂ ਉਹ ਸਿਆਸਤ ਨੂੰ ਅੱਗੇ ਤੋਰ ਨਹੀਂ ਸਕਦੇ ਤੁਹਾਡੀ ਇਹ ਸਿਆਸਤ ਰਾਂ ਗਈ ਹੈ ਕਿ ਹਮੇਸ਼ਾ ਆਰਐਸਐਸ ਦੇ ਪਿੱਠੂ ਬੰਨਾਰ ਬਣਿਆ ਰਹਿਣਾ ਉਹਦੀ ਲਾਤੇ ਠਾਉਂਦੇ ਵੀ ਨਿਕਲਣਾ ਤੇ ਪੂਰੇ ਸਿੱਖ ਧਰਮ ਨੂੰ ਆਰਐਸਐਸ ਦਾ Hindu ਸ਼ਾਖਾ ਇਸ ਤਬਦੀਲ ਕਰਾ ਦੇਣਾ ਸਨਾਤਨੀ ਬਣਾ ਦੇਣਾ ਤੇ ਤੁਹਾਡੇ ਸਹਿਬਜ਼ਾਦਿਆਂ ਨੂੰ ਵੀਰ ਬਾਲ ਦੇ ਵਸ ਦੇ ਵਿੱਚ ਰੋਲ ਦੇਣਾ ਤੁਹਾਡੇ ਅੰਡਾਵੇਂ ਪਾਸ਼ਾਹੀ ਦੀ ਸ਼ਹਾਦਤ ਨੂੰ ਜੜੀ ਕਿ ਸ੍ਰੇਸ਼ਟ ਦੀ ਚਾਦਰ ਗੁਰੂ ਸਾਹਿਬ ਵਲੇ ਹੀ ਕਵੀ ਸੇਨਾਪਤੀ ਨੇ ਡਿਗਲੀਅਰ ਕੀਤਾ ਸ੍ਰੇਸ਼ਟ ਮਤਲਬ ਪੂਰੇ ਜਗਤ ਦੀ ਚਾਦਰ ਜੇ ਲਈ ਉਹਨਾਂ ਨੇ ਕੰਮ ਕੀਤਾ ਤੇ ਉਹਨੂੰ ਤੁਸੀਂ ਕਹਤਾ ਆਪਣਾ ਜਨੇਊ ਦੀ ਤੇ ਹਿੰਦੂ ਦੀ ਰੱਖਿਆ ਲਈ ਹਿੰਦ ਦੀ ਚਾਦਰ ਉੱਜੇ ਚ ਬੰਦ ਕਰਕੇ ਰੱਖ ਦਿੱਤਾ ਤੇ ਕੀ ਆ ਆਰਐਸਐਸ ਨਹੀਂ ਆ ਤੇ ਹੋਰ ਕੀ ਹੈ ਮਤਲਬ ਅਜਈਆਂ ਬੇਵਕੂਫੀਆਂ ਜੇ ਤੁਸੀਂ ਕਰੀ ਜਾਓਗੇ ਔਰ ਕੂਟਨੀਤੀ ਨਹੀਂ ਵਰਤੋਗੇ ਤੇ ਤੁਸੀਂ ਅੱਜ ਉਹ ਆਪਰੇਸ਼ਨ ਬਲੂ ਸਟਾਰ ਤੋਂ ਵੱਡਾ ਨੁਕਸਾਨ ਕਰਾ ਰਹੇ ਹੋ ਸਿੱਖਾਂ ਦਾ ਮੈਂ ਗੱਲ ਕਹਿਣੀ ਚ ਕੋਈ ਗੁਰੇਜ਼ ਨਹੀਂ ਰੱਖਦਾ ਚਾਹੇ ਉਹ ਅਕਾਲੀ ਲੀਡਰ ਮੈਂ ਚੈਨਲ ਸਬਸਕ੍ਰਾਈਬਰ ਗਏ ਨੇ ਚਾਹੇ ਰਮੇਪਾਲ ਕੇ ਅਗੇ ਨੇ ਚਾਹੇ ਛੱਤੀਸਗੜ੍ਹ ਦੀਆਂ ਸਿੰਘ ਸਭਾਆਂ ਵਰਗੇ ਨੇ ਚਾਹੇ ਯੂਪ ਆਲੇ ਨੇ ਤੇ ਚਾਹੇ ਸਿੱਖ ਡਾਇਸਪੋਰਾ ਨਰਾਈ ਨੇ ਤੇ ਮਿਲ ਕੇ ਸਾਰੇ ਸਿੱਖ ਕੌਮ ਦਾ ਫੇਰ ਕਰੋੜ ਗੁਣਾ ਨੁਕਸਾਨ ਕਰਾ ਰਹੇ ਨੇ ਅੰਮਾਨੂ ਤੇ ਹੱਥ ਮਾਰਨਾ ਚਾਹੀਦਾ ਆਪਣੀ ਅੱਖਾਂ ਨੂੰ ਆਪਣੇ ਵਿਵੇਕ ਨੂੰ ਜਿੱਦਾਂ ਤੁਸੀਂ ਗੱਲ ਕਰ ਰਹੇ ਸੀਗੇ ਕਿ ਸਿੱਖ ਪੱਤਰਕਾਰਤਾ ਅੰਮ੍ਰਿਤਸਰ ਦੇ ਪੱਤਰਕਾਰਾਂ ਨੇ ਜ਼ਰੂਰਤ ਹੀ ਨਹੀਂ ਕੀਤੀ ਮੈਂ ਵੀ ਇਸ ਸਿਸਟਮ ਦਾ ਹਿੱਸਾ ਰਿਆ ਹਾਂ ਔਰ ਮੈਂ ਸੱਚ ਗੱਲ ਇਹ ਹੈਗੀ ਹੈ ਕਿ ਕਿਸੇ ਵਕਈ ਪੱਤਰਕਾਰ ਨੇ ਉਦੋਂ ਜ਼ਰੂਰਤ ਨਹੀਂ ਕੀਤੀ ਕਿ ਉਹ ਰਾਹੁਲ ਗਾਂਧੀ ਨੂੰ ਕੋਈ ਸਵਾਲ ਕਰ ਸਕਦਾ ਇਸ ਸਾਡੇ ਵਾਸਤੇ ਇੱਕ ਅਫਸੋਸਨਾਕ ਗੱਲ ਰਹੀ ਹੈ ਔਰ ਮੈਂ ਆਪਣੇ ਕੈਰੀਅਰ ਦੀ ਸਭ ਤੋਂ ਮੰਦਭਾਗੀ ਇਸ ਗੱਲ ਨੂੰ ਸਮਝਦਾ ਹਾਂ ਕੀ ਅਸੀਂ ਉਸ ਵੇਲੇ ਜੁਰਤ ਨਹੀਂ ਦਿਖਾ ਸਕੇ ਕਿ ਉਸ ਨੂੰ ਪੁੱਛ ਸਕੀਏ ਕਿ 1984 ਦੇ ਕਤਲੇਆਮ ਬਾਰੇ ਸ੍ਰੀ ਅਕਾਲ ਤਖਤ ਸਾਹਿਬ ਜਿੱਥੇ ਤੂੰ ਨੱਕ ਰਗੜ ਰਿਹਾ ਉਸ ਤੱਕ ਤੂੰ ਤੇਰੀ ਦਾਦੀ ਦੇ ਹੁਕਮਾਂ ਨਾਲ ਸ਼ਹੀਦ ਕੀਤਾ ਗਿਆ ਸੀ ਉਸ ਬਾਰੇ ਅੱਜ ਤੇਰੀ ਕੀ رائے ਆ ਖੈਰ ਮੈਂ ਇੱਕ ਗੱਲ ਹੋਰ ਪੁੱਛਣੀ ਚਾਹੁੰਦਾ ਭਾਜੀ ਉਹ ਕਹਿੰਦਾ ਕਿ ਮੈਂ ਆਇਆ ਪਛਤਾਪ ਲਈ ਜੇ ਪੁੱਛਦੇ ਤਾਂ ਉਹ ਕਹਿੰਦਾ ਜੀ ਜੀ ਬਿਲਕੁਲ ਸਰਦਾਰ ਸਾਹਿਬ ਇਹ ਤੇ ਹੋ ਗਈ ਰਾਜਨੀਤਿਕ ਲੋਕਾਂ ਦੀ ਗੱਲ ਹੁਣ ਧਾਰਮਿਕ ਲੋਕਾਂ ਤੇ ਆਈਏ ਸਾਡੀ ਬਦਕਿਸਮਤੀ ਇਹ ਹੈ ਕਿ ਸਾਡਾ ਪਦ ਉੱਚੀਆਂ ਪੋਸਟਾਂ ਤੇ ਬੈਠੇ ਹੋਏ ਜਿਹੜੇ ਧਾਰਮਿਕ ਆਗੂ ਨੇ ਉਹਨਾਂ ਦੀ ਵਿਦਿਅਕ ਯੋਗਤਾ ਨਾਲ ਦੇ ਬਰਾਬਰ ਹੈ ਉਹ ਮਾਹिज ਆਪਣੇ ਪੰਜਾਬ ਤੱਕ ਹੀ ਸੀਮਤ ਹੋ ਕੇ ਰਹਿ ਗਏ ਨੇ ਜਦੋਂ ਕਿ ਧਾਰਮਿਕ ਪੋਸਟਾਂ ਤੇ ਬੈਠਣ ਵਾਲਾ ਵਿਅਕਤੀ ਵਿਸ਼ਵ ਪਿਆਪੀ ਸੋਪ ਚ ਰੱਖਣ ਵਾਲਾ ਹੁੰਦਾ ਔਰ ਵਰਲਡ ਵਾਈਡ ਉਹਦੇ ਧਿਆਨ ਦੇ ਵਿੱਚ ਸਾਰੀਆਂ ਘਟਨਾਵਾਂ ਹੁੰਦੀਆਂ ਨੇ ਇਹਨੂੰ ਤੁਸੀਂ ਕਿਸ ਤਰ੍ਹਾਂ ਵੇਖਦੇ ਹੋ ਭਾਜੀ ਪਹਿਲੀ ਗੱਲ ਤੇ ਆ ਜੇ ਕਿ ਵਿਦਿਆ ਵਿਚਾਰੀਤਾ ਪਰਉਪਕਾਰੀ ਜੀ ਗੁਰਮਤ ਅਨੁਸਾਰ ਸਕੂਲੀ ਵਿਦਿਆ ਦਾ ਕੋਈ ਮਹੱਤਵ ਨਹੀਂ ਹੈ ਜਦ ਤੱਕ ਉਹਦੇ ਕੋਲ ਗੁਰਮਤ ਦਾ ਗਿਆਨ ਨਹੀਂ ਹੈ ਜੀ ਬਿਲਕੁਲ ਸਕੂਲੀ ਵਿਦਿਆ ਚਾਹੇ ਉਹ ਪੀਐਚਡੀ ਹੋ ਜਾਏ ਚਾਹੇ ਚਾਰ ਪੀਐਚਡੀਆਂ ਕਰ ਲਏ ਚਾਹੇ 20 ਡਿਗਰੀਆਂ ਲੈ ਲਏ ਉਹਦਾ ਕੋਈ ਮਹੱਤਵ ਨਹੀਂ ਜਿਆਗਾ ਸਿੱਖੀ ਚ ਸਿੱਖੀ ਚ ਮਹੱਤਵ ਹੈ ਗੁਰਮਤਿ ਵਿਵੇਕ ਦਾ ਤੇ ਪੰਥਕ ਹਿੱਤ ਦੇ ਦੁਸ਼ਮਣਾਂ ਦੇ ਵਿੱਚੋਂ ਵੀ ਕਿਵੇਂ ਹੰਸ ਬਣ ਕੇ ਮੋਤੀ ਚੁਗ ਕੇ ਪੰਥ ਦੇ ਹਿੱਤ ਵਿੱਚ ਫੈਸਲੇ ਕਰਾਣੇ ਨੇ ਮਹਾਰਾਜਾ ਰਣਜੀਤ ਸਿੰਘ ਕਿਹੜਾ ਪੜਿਆ ਲਿਖਿਆ ਸੀ ਅੰਗੂਠਾ ਛਾਪ ਸੀ ਮਾ ਉਹਦੇ ਫਰਾਂਸ ਦੀ ਟ੍ਰੀਟੀ ਤੇ ਦਸਤਾਖਤ ਦੇਖਿਓਏ ਨੇ ਇੱਕ ਅੰਜ ਘਾ ਕੇ ਬਾਸਾਂ ਦੇ ਲਈ ਮਾਰ ਦਿੱਤੀ ਉਹ ਵੀ ਉਹਨੂੰ ਦੱਸਿਆ ਗਿਆ ਕਿ ਬਈ ਉਥੇ ਅੰਮੂਠਾ ਨਹੀਂ ਚੱਲਣਾ ਆਪਾਂ ਅੰਜੀ ਕਰਨਾ ਤੁਹਾਡੀ ਸਾਈਨਿੰਗ ਅਥਾਰਟੀ ਤੁਹਾਡੇ ਵਿਵੇਕ ਤੋਂ ਚੱਲਦੀ ਹੈ ਤੁਹਾਡੀ ਵਿੱਦਿਆ ਤੁਹਾਡੇ ਵਿਵੇਕ ਤੋਂ ਚੱਲਦੀ ਹੈ ਵਿਵੇਕ ਹੋਣਾ ਚਾਹੀਦਾ ਪੜ੍ਹੇ ਲਿਖੇ ਜਿੰਨੇ ਮਰਜ਼ੀ ਹੋ ਜਾਓ ਜੇ ਪੜ੍ਹੇ ਲਿਖੇ ਹੋ ਕੇ ਵੀ ਤੁਸੀਂ ਅਪਰਾਧੀ ਹੋ ਕਿ ਉਸ ਤੋਂ ਤਾਂ ਵਧੀਆ ਫਿਰ ਤੁਸੀਂ ਅਨਪੜ੍ਹਾ ਕਿ ਵੀ ਅਪਰਾਧੀ ਹੋ ਘੱਟ ਨੁਕਸਾਨ ਕਰੋਗੇ ਤਾਂ ਪੜ੍ਹੇ ਲਿਖੇ ਸਾਰਾ ਨੁਕਸਾਨ ਕੀ ਪੂਰੀ ਸਾ ਪੜ੍ਹੇ ਲਿਖੇ ਨਹੀਂ ਆਗੇ ਇਹ ਮੰਮੀਂਡਰ ਸਿਰਸਾ ਪੜਿਆ ਲਿਖਿਆ ਨਹੀਂ ਹੈਗਾ ਕਿ ਹਰਬੀਤ ਕਾਲਾ ਪੜਿਆ ਲਿਖਿਆ ਨਹੀਂ ਹੈਗਾ ਕਿ ਚਿੰਦਵਾੜੇ ਵਾਲਾ ਪ੍ਰਧਾਨ ਸਿੰਘ ਸਾਹਿਬ ਦਾ ਪੜਿਆ ਲਿਖਿਆ ਨਹੀਂ ਹੈਗਾ ਕਿ ਦੁਰਗਵਾਲਾ ਪ੍ਰਧਾਨ ਪੜਿਆ ਲਿਖਿਆ ਨਹੀਂ ਹੈਗਾ ਹੁਣ ਪੋਪਟੇਂਸ਼ਵਰ ਵਿੱਚ ਇੰਨਾ ਵੱਡਾ ਕਾਂਡ ਹੋਇਆ ਇੱਕ ਸਿੱਖ ਲੜਕੀ ਨਾਲ ਤੇ ਪੋਪਟੇਂਸ਼ਵਰ ਇਸ ਕੀ ਪੜੇ ਲਿਖੇ ਸਿੱਖਣੀ ਹੈਗੇ ਇੰਨੀ ਆਲੀਸ਼ਾਨ ਗੁਰਦੁਆਰਾ ਉਹਨਾਂ ਨੇ ਬਣਾਇਆ ਸਾਰੇ ਹੀ ਉੱਥੇ ਪ੍ਰਧਾਨ ਵੀ ਸਾਇੰਟਿਸਟ ਆ ਤੇ ਪੀ ਐਸ ਡੀ ਨੇ ਸਾਰੇ ਹੀ ਨਾ ਗਿਆ ਹੋਇਆ ਪਵਨೇಶ್ਵਰ ਦੇ ਗੁਰਦੁਆਰਾ ਸਾਹਿਬ ਤੇ ਪੜੇ ਲਿਖੇ ਦਾ تعلق ਨਹੀਂ ਜੇ ਹੈਗਾ تعلق ਹੈਗਾ ਜੇ ਕਿ ਤੁਸੀਂ ਗੁਰਮਤਿ ਵਿਵੇਕ ਅਨੁਸਾਰ ਪੰਥ ਨਮਿਤ ਦੁਸ਼ਮਣ ਦੇ ਪਾਲੇ ਵਿੱਚੋਂ ਹੀ ਜਾ ਕੇ ਕਿਵੇਂ ਪੰਥ ਦੇ ਹਿੱਤੇ ਚ ਗੋਲ ਠੋਕ ਸਕਦੇ ਹੋ ਇਹ ਤੁਹਾਨੂੰ ਇਤਿਹਾਸਕਤਾ ਵਿਵੇਕਤਾ ਗੁਰਮਤਿ ਗਿਆਨ ਤੇ ਨਾਨਕ ਸਾਹਿਬ ਦੀ ਸਿੱਖੀ ਸਭੈਤਾ ਸਿਖਾਉਂਦੀ ਹੈ ਪਰ ਨਾਲੀ ਸਿਕਾਉਂਦੀ ਆ ਤੇ ਸਾਡੀ ਧਾਰਮਿਕ ਲੀਡਰਸ਼ਿਪ ਅਨਪੜ੍ਹ ਹੋਰ ਪੜੀ ਲਿਖੀ ਹੋਣ ਦੇ ਬਾਵਜੂਦ ਵੀ ਸਭ ਤੋਂ ਵੱਡੀ ਕਮਜ਼ੋਰੀ ਹੈ ਜੇ ਕਿ ਗੁਰਮਤ ਗਿਆਨ ਤੋਂ ਸਖਣੀ ਆਪਣੇ ਆਪ ਨੂੰ ਸਾਬਤ ਕਰ ਰਹੀ ਹੈ ਅਤੇ ਨਾਨਕ ਦੀ ਗੁਰਨਾਨਕ ਦੇ ਨਾਨਕ ਚਾਈ ਪਨਾਲੀ ਅਤੇ ਸਭੈਤਾ ਤੋਂ ਆਪਣੇ ਆਪ ਨੂੰ ਤੋੜ ਚੁੱਕੀ ਹੈ ਉਸ ਵਿਵੇਕ ਨਾਲ ਜੁੜ ਕੇ ਸਿੱਖ ਕੌਮ ਦੇ ਫੈਸਲੇ ਕਰਨ ਦੀ ਲੋੜ ਸੀ ਉਹ ਹਰਮਕ ਵਿਅਕਤੀਆਂ ਇੱਚੋ ਵੀ ਸਾਨੂੰ ਨਜ਼ਰ ਨਹੀਂ ਆ ਰਹੇ ਸਿੰਘ ਸਰਬਾਂ ਵਿੱਚੋਂ ਵੀ ਨਜ਼ਰ ਨਹੀਂ ਆ ਰਹੇ ਗ੍ਰੰਥੀਆਂ ਇੱਚੋਂ ਵੀ ਨਜ਼ਰ ਨਹੀਂ ਆ ਰਹੇ ਢਾਡੀਆਂ ਇੱਚੋਂ ਵੀ ਨਜ਼ਰ ਨਹੀਂ ਆ ਰਹੇ ਕੀਰਤਨੀਆਂ ਇੱਚੋਂ ਵੀ ਨਜ਼ਰ ਨਹੀਂ ਆ ਰਹੇ ਕਥਾ ਵਾਚਕਾਂ ਵਿੱਚੋਂ ਵੀ ਨਜ਼ਰ ਨਹੀਂ ਆ ਰਹੇ ਅਸੀਂ ਸੁੱਨਮੁਨ ਜੇ ਹੋਏ ਬੈਠੇ ਆ ਤੇ ਇਹ ਸੁੱਨਮੁਨਤਾ ਤੋੜਨੀ ਪੈਣੀ ਹੈ ਇਹਨੂੰ ਤੋੜੇਗਾ ਗੁਰਮਤ ਗਿਆਨ ਦਾ ਵਿਵੇਕ ਤੇ ਗੁਰਨਾਨਕ ਦੀ ਨਾਨਕਸ਼ਹੀ ਪੜਨਾਲੀ ਮੇਰਾ ਆਖਰੀ ਸਵਾਲ ਹੈ ਮੇਰਾ ਆਖਰੀ ਸਵਾਲ ਹੈ ਅਜੇ ਹਾਲਾਤਾਂ ਵਿੱਚ ਸਿੱਖਾਂ ਨੂੰ ਕੀ ਕਰਨਾ ਚਾਹੀਦਾ ਕਿਉਂਕਿ ਲੀਡਰਸ਼ਿਪ ਜਿਹੜੀ ਹੈ ਉਹ ਤੇ ਜਿੱਦਾਂ ਤੁਸੀਂ ਦੱਸਿਆ ਸੁੰਨਮੁਨ ਹੋਈ ਪਈ ਹੈ ਸਿੱਖਾਂ ਨੂੰ ਅਜਿਹਾ ਕੀ ਕਰਨਾ ਚਾਹੀਦਾ ਜਿਸ ਦੇ ਨਾਲ ਉਹ ਕੌਮੀ ਤੇ ਕੁਮੰਤਰੀ ਤੌਰ ਦੇ ਉੱਤੇ ਆਪਣੇ ਪੱਖ ਨੂੰ ਆਪਣੇ ਕੇਸ ਨੂੰ ਮਜ਼ਬੂਤੀ ਦੇ ਨਾਲ ਪੇਸ਼ ਕਰ ਸਕਣ ਨਾ ਬੜਾ ਸਪਾਸਟਰ ਜੇ ਸਿੱਖਾਂ ਨੂੰ ਝਿਜਕ ਡਾਰ ਭੈਖ ਛੱਡ ਦੇਣਾ ਚਾਹੀਦਾ ਸਭ ਤੋਂ ਪਹਿਲੀ ਚੀਜ਼ ਤੇ ਸਿੱਖ ਡਾਇਸਪੋਰਾ ਟੋਟਲ ਭੈ ਪੀਤ ਹੋਇਆ ਪਿਆ ਢਾਰਿਚ ਤੇ ਨਿਚ ਲਾਲਸਾਂ ਦੇ ਮਗਰ ਭੱਜੀ ਫਿਰਦਾ ਸਿੱਖਾਂ ਵਿੱਚੋਂ ਮੈਂ ਤਾਂ ਕਹਾਂਗਾ ਸਾਰੀਆਂ ਹੀ ਅਕਾਲੀ ਧਿਰਾਂ ਨੂੰ ਕਿ ਇਹਨਾਂ ਨੂੰ ਆਪਣਾ ਵਕਤ ਲੈ ਕੇ ਰੌਹਲ ਗਾਂਧੀ ਕੋਲ ਜਾਣਾ ਚਾਹੀਦਾ ਕੋਈ ਦਿੱਕਤ ਨਹੀਂ ਇਹ ਹੈਗੀ ਝੋਕ ਕੇ ਕਹੋ ਕਿ ਜੋ ਤੇਰੀ ਦਾਦੀ ਨੇ ਕੀਤਾ ਸੀ ਉਹਦਾ ਅਸੀਂ ਵਿਰੋਧ ਕਰਦੇ ਆਂ ਪਰ ਜਿਹੜੀ ਸੋਚ ਹੁਣ ਤੇਰੀ ਬਦਲ ਰਹੀ ਆ ਅਸੀਂ ਤਾਂ ਅਸੀਂ ਸਵਾਗਤ ਕਰਦੇ ਆਂ ਤੇ ਵਾਕਈ ਸਿੱਖਾਂ ਨਾਲ ਬੇਇਨਸਾਫੀ ਹੋ ਰਹੀ ਆ ਤੂੰ ਸਿੱਖਾਂ ਦੀ ਆਵਾਜ਼ بلند ਕੀਤੀ ਆ ਤੇ ਅਸੀਂ ਤੇਰੀ ਤਾਰੀਫ਼ ਕਰਦੇ ਆਂ ਪਰ ਨਾਲ ਦੇ ਨਾਲ ਤੈਨੂੰ ਇਹ ਵੀ ਸਲਾਹ ਦਿੰਦੇ ਆ ਕਿ ਤੂੰ ਜਿਵੇਂ ਦਰਬਾਰ ਸਾਹਿਬ ਆਇਆ ਸੀ ਤੂੰ ਠੋਕ ਕੇ ਹੀ ਠੋਕ ਕੇ ਆ ਤੇ ਕਹ ਕਿ ਮੈਂ ਦਰਬਾਰ ਸਾਹਿਬ ਆ ਕੇ ਜਿਹੜੀ ਮੇਰੀ ਦਾਦੀਆਂ ਮੇਰੀ ਪਾਰਟੀ ਤੋਂ ਗੁਨਾਹ ਹੋਇਆ ਉਸਦੇ ਮਾਫੀ ਮੰਗਦਾ ਸੀ ਤੇਰੇ ਨਾਲ ਖੜੇ ਹੋਵਾਂਗੇ ਕਹਿਣਾ ਚਾਹੀਦਾ ਜੋ ਵਫਤ ਜਾ ਕੇ ਮਿਲੇ ਉਹਨੂੰ ਸਮਝਾਏ ਉਹਨੂੰ ਕਿਉਂ ਤੁਸੀਂ ਵਿਚ ਪਾਲਾ ਪਾ ਕੇ ਤੇ ਦੂਰੀਆਂ ਆਪਣੀਆਂ ਹੋਰ ਵਧਾ ਰਹੇ ਹੋ ਅਗਲਾ ਤੁਹਾਡੇ ਨੇੜੇ ਆਣਾ ਚਾਹ ਰਿਹਾ ਤੁਸੀਂ ਉਹਨੂੰ ਠੋਕਰਾ ਮਾਰ ਮਾਰ ਕੇ ਭਜਾ ਰਹੇ ਹੋ ਤੇ ਇਸ ਦਾ ਕੀ ਕਿਸ ਨੂੰ ਫਾਇਦਾ ਹੈ ਇਸ ਦਾ 100% ਸਿੱਖ ਦੁਸ਼ਮਣ ਉਹਨਾਂ ਤਾਕਤਾਂ ਨੂੰ ਫਾਇਦਾ ਜਿਹੜਾ ਬ੍ਰਾਹਮਣਵਾਦੀ ਮਨੁਵਾਦੀ ਹਿੰਦੂਤਵਾ ਨਾਗਪੁਰ ਕੋ ਚਲਾਉਂਦੀਆਂ ਨੇ ਉਹਨਾਂ ਨੂੰ ਅਸੀਂ ਫਾਇਦਾ ਦੇ ਰਹੇ ਆਂ ਇਨਡਾਇਰੈਕਟਲੀ ਤੇ ਡਾਇਰੈਕਟਲੀ ਇਸ ਲਈ ਪਹਿਲੀ ਗੱਲ ਤਾਂ ਆ ਜੇ ਜੇ ਰਾਜਨੀਤਿਕ ਸ਼ਖਸੀਅਤਾਂ ਇਸ ਇਸ ਨਮਿਤ ਕਾਲ ਕਰਨ ਵਿੱਚ ਡਰਦੀਆਂ ਨੇ ਤੇ ਧਾਰਮਿਕ ਸ਼ਖਸੀਅਤਾਂ ਨੂੰ ਚਾਹੀਦਾ ਮੈਂ ਐਗਜ਼ਾਮਪਲ ਸਾਰੇ ਦੇ ਚੁੱਕਾ ਧਾਰਮਿਕ ਸ਼ਖਸੀਅਤਾਂ ਨੂੰ ਚਾਹੀਦਾ ਕਿ ਆਪਣਾ ਡਰ ਪੈ ਛੱਡ ਕੇ ਚੀਜ਼ਾਂ ਛੱਡ ਕੇ ਇੱਕ ਵਾਰੀ ਪਹਿਲ ਕਰਨ ਜਾ ਕੇ ਮਿਲ ਲੈਣ ਉਹਨਾਂ ਨੂੰ ਜੇ ਉਹ ਵੀ ਡਰਦੀਆਂ ਨੇ ਤੇ ਫਿਰ ਜਿਨ੍ਹਾਂ ਨੂੰ ਤੁਸੀਂ ਪੜ੍ਹੇ ਲਿਖੇ ਕਹਿ ਰਹੇ ਹੋ ਪੜ੍ਹਿਆ ਲਿਖਿਆ ਸਮਾਜ ਇੱਕ ਵਾਰੀ ਚਲਾ ਜਾਏ ਉਹ ਤਾਂ ਪੜਿਆ ਲਿਖਿਆ ਹੈ ਨਾ ਉਹੀ ਬੋਚਲੇ ਆ ਇਸ ਕਹਾਣੀ ਨੂੰ ਸਾਰਾ ਚੰਡੀਗੜ੍ਹ ਕਹਿੰਦੇ ਨੇ ਜੀ ਪੜਿਆ ਲਿਖਿਆ ਕਿਸੇ ਦੀ ਉਹ ਮਤਲਬ ਦੂਜੇ ਕਿਸੇ ਦੀ ਤੇ ਗੱਲ ਨੂੰ ਉਹ ਪੁਆਈ ਨਹੀਂ ਪੈਣ ਦਿੰਦੇ ਪਹਿਲਾਂ ਹੀ ਇੱਕ ਮਾਰ ਕੇ ਬਾਹਰ ਸੁੱਟ ਦਿੰਦੇ ਨੇ ਉਹਨਾਂ ਨੂੰ ਹੀ ਚਾਹੀਦਾ ਅੱਗੇ ਵਾ ਅੱਗੇ ਹੱਥ ਵਧਾ ਲੈ ਸਿਕ ਕੌਮ ਦੇ ਫਾਇਦੇ ਵਾਸਤੇ ਜੇ ਇੱਕ ਟਾਈਮ ਤੇ ਜਹਾਂਗੀਰ ਨਾਲ ਵੀ ਸ਼ਿਕਾਰ ਖੇਡਿਆ ਜਾ ਸਕਦਾ ਬਹਾਦਰ ਸ਼ਾਹ ਨੂੰ ਦਿੱਲੀ ਦਾ ਤਖਤ ਬਿਠਾਇਆ ਜਾ ਸਕਦਾ ਸ਼ੇਰਖਾਨ ਦਾ ਗੇਟ ਬਣਾਇਆ ਜਾ ਸਕਦਾ ਤੇ ਭਾਈ ਕੁਝ ਬੇਰਾਂ ਦਾ ਡੁੱਲਿਆ ਨਹੀਂ ਜੇ ਰਾਹੁਲ ਗਾਂਧੀ ਨੂੰ ਹੀ ਸ਼ੀਸ਼ਾ ਦਿਖਾਇਆ ਜਾ ਸਕਦਾ ਤੇ ਅਪਣਾਇਆ ਜਾ ਸਕਦਾ ਕੋਈ ਫਰਕ ਨਹੀਂ ਜੇ ਪੈਣਾ ਐਹੀ ਗਲਤੀ ਕੀਤੀ ਸੀ ਐਹੀ ਗਲਤੀ ਕੀਤੀ ਸੀ 84 ਤੱਕ ਤਾਂ ਲਾਂ ਜਿਸ ਵੇਲੇ ਅਮਰਜੈਂਸੀ ਹੋਈ ਸੀ ਉਹ ਜੋਲੇ ਇੰਦਰਾ ਗਾਂਧੀ ਸਭ ਕੁਝ ਦੇ ਰਹੀ ਸਾ ਜੇ ਤੇ ਤੁਸੀਂ ਕਹਿੰਦਾ ਨਹੀਂ ਅਸੀਂ ਤਾਂ ਨਾਗਪੁਰੀਏ ਹੀ ਬਣੇ ਰਹਿਣਾ ਤੇ ਫੇਰ ਜੋਨ ਨੇ ਕੀਤਾ ਰਵੰਜਿ ਵਿੱਚ ਕੀਤਾ ਔਰ ਨਾਗਪੁਰੀਆਂ ਨੇ ਵੀ ਤੁਹਾਨੂੰ ਰਵੰਜਿ ਵਿੱਚ ਮਰਵਾਇਆ ਉਹ ਵੀ ਚਾਹੁੰਦੇ ਸੀ ਕਿ ਮਰਨ ਉਹੀ ਨਾਗਪੁਰੀਆਂ ਨੂੰ ਤੁਸੀਂ ਆਪਣੇ ਮੰਤਰੀ ਮੰਡਲ ਵਿੱਚ ਰਿਹਾ ਜਿਹੜੇ ਕਹਿੰਦੇ ਸੀ ਕੱਚ ਕਲਾ ਤੇ ਕਰਪਾਣ ਭੇਜ ਦੇਾਂਗੇ ਪਾਕਿਸਤਾਨ ਜਿਹੜੇ ਸੋਟੀਆਂ ਦੇ ਉੱਤੇ ਸਿਗਰਟ ਬਣ ਕੇ ਕਹਿੰਦੇ ਸੀ ਏ ਬीडी सिगरेट ਪੀਏਗੇ ਸ਼ਾਂਤ ਸੇ ਜੀਏਗੇ ਕਿ ਬਾਲਾ ਸਾਹਿਬ ਨੇ ਅਕਾਲੀ ਦਲ ਨੇ ਆਪਣੇ ਮੰਤਰੀ ਮੰਡਲ ਵਿੱਚ ਨਹੀਂ ਰੱਖਿਆ ਜੋ ਸਾਰਾ ਕੁਝ ਰੱਖ ਸਕਦੇ ਹੋ ਤੇ ਇਹਦੇ ਨਾਲ ਐਨੀ ਕਾਦੀ ਤੁਹਾਡੀ ਦੁਸ਼ਮਣੀ ਪੈ ਗਈ ਬਈ ਜੀ ਸਰਦਾਰ ਸਾਹਿਬ ਕੱਲ ਤਾਂ ਬਿਲਕੁਲ ਠੀਕ ਹੈ ਤੁਸੀਂ ਜੋ ਕੁਝ ਵੀ ਕਿਹਾ 16 ਅਨੇ ਸੱਚ ਹੈ ਅਸੀਂ ਮੌਕੇ ਦੇ ਉੱਤੇ ਫੈਸਲਾ ਲੈਣ ਚ ਅਸਮਰੱਤ ਰਹਿੰਨੇ ਆਂ ਮੌਕੇ ਦਾ ਫੈਸਲਾ ਸਾਨੂੰ ਕੋਹਾਂ ਦੂਰ ਜਾ ਕੇ ਸੁੱਟ ਦਿੰਦਾ ਅਸੀਂ ਮੌਕੇ ਦੇ ਫੈਸਲੇ ਦੇ ਸਹੀ ਟਾਈਮ ਤੇ ਨਾ ਲੈ ਸਕਣ ਕਾਰਨ ਅਸੀਂ ਕੋਹਾਂ ਦੂਰ ਡੋਗ ਪੈਨੇ ਆ ਹੁਣ ਅੱਜ ਜੋ ਹਾਲਾਤ ਬਣੇ ਹੋਏ ਨੇ ਸਿੱਖ ਪਹਿਚਾਨ ਖਤਰੇ ਚ ਹੈ ਮੈਂ ਇਹਦੇ ਚ ਸਿੱਖ ਲੀਡਰਸ਼ਿਪ ਨੂੰ ਮੰਨ否 ਨਹੀਂ ਕਰ ਸਕਦਾ ਅਫਸੋਸ ਦੀ ਗੱਲ ਹੈ ਕਿ ਹੈ ਕਿ ਸਿੱਖਾਂ ਦੇ ਧਾਰਮਿਕ ਲੀਡਰਸ਼ਿਪ ਨੇ ਅੱਜ ਤੱਕ ਦੁਨੀਆ ਨੂੰ ਇਹ ਵੀ ਦੱਸਣ ਦੇ ਵਿੱਚ ਅਸਫਲ ਰਹੀ ਹੈ ਕਿ ਸਾਡੇ ਇੱਕ ਕਾਰਨ ਨਹੀਂ ਸਾਡੇ ਰਵਾਇਤੀ ਕਾਰਨ ਤੁਸੀਂ ਇਹਨੂੰ ਕਿੱਦਾਂ ਦੇਖਦੇ ਹੋ? ਭਾਜੀ ਬੜੀ ਔਖੀ ਜਿਹੀ ਗੱਲ ਆ ਕਿ ਜਦੋਂ ਸਮੁੱਚੇ ਵਿਸ਼ਵ ਵਿੱਚ ਸਿੱਖ ਸਮੁਦਾਇ ਇਟਲੀ 'ਚ ਫਰਾਂਸ ਵਿੱਚ ਜਾਂ ਯੂਰਪ ਦੇ ਹੋਰ ਦੇਸ਼ਾਂ ਵਿੱਚ ਅਮਰੀਕਾ ਵਿੱਚ ਚਲੋ ਬੜੀ ਸੰਘਰਸ਼ ਕਰਕੇ ਹਾਸਲ ਕੀਤੀ ਫਤਿਹ ਇਹਨਾਂ ਨੇ ਕੈਨੇਡਾ ਵਿੱਚ ਕੀਤੀ ਪਰ ਹਲੇ ਵੀ ਅੱਧੇ ਤੋਂ ਜ਼ਿਆਦਾ ਸੰਸਾਰ ਨੂੰ ਨਹੀਂ ਪਤਾ ਕਿ ਸਿੱਖਾਂ ਦੇ ਪੰਜ ਕਕਾਰ ਸਰ ਰਵਾਇਤੀ ਕਕਾਰ ਹੀ ਨਹੀਂ ਨੇ ਤੇ ਉਹਨਾਂ ਦੇ ਧਾਰਮਿਕ ਚਿੰਨ੍ਹ ਹੀ ਨਹੀਂ ਨੇ ਆ ਉਹਨਾਂ ਦੇ ਸਰੀਰ ਦਾ ਹਿੱਸਾ ਨੇ ਉਸ ਤੋਂ ਬਿਨਾਂ ਉਹਨਾਂ ਦੀ ਬਾਡੀ ਕੰਪਲੀਟ ਨਹੀਂ ਹੁੰਦੀ ਸਮਝਾਉਣ ਵਾਲੀ ਗੱਲ ਤਾਂ ਹੈਗੀ ਹੈ ਜੇ ਸਾਡਾ ਬਾਇਓਲੋਜੀਕਲ ਪ੍ਰਧਾਨ ਮੰਤਰੀ ਬਣ ਸਕਦਾ ਮਤਲਬ ਫਿਰ ਉਹਦੀ ਤੁਸੀਂ ਲਾਤੇ ਠੋਂ ਦੀ ਨਿਕਲ ਸਕਦੇ ਹੋ ਫਰ ਚੱਡੀਆਂ ਪਾ ਸਕਦੇ ਹੋ ਤੇ ਧੋ ਸਕਦੇ ਹੋ ਤੇ ਸਿੱਖਾ ਨਹੀਂ ਤੇ ਤੁਸੀਂ ਅੰਨਾ ਜਿੰਨਾ ਵੀ ਕਰਨ ਜੋਗੇ ਨਹੀਂ ਹੈਗੇ। ਅਰਲਾਣਾ ਚਾਹੀਦਾ ਤੁਹਾਨੂੰ ਜੋ ਬਾਇਓਲੋਜੀਕਲ ਹੋ ਸਕਦਾ। ਤੇ ਸਾਡੇ ਪੰਜ ਕਾਰਤਾ ਸਾਡੇ ਸ਼ਰੀਰ ਦਾ ਹਿੱਸਾ ਸਾਡਾ ਗੁਰੂ ਬਾ ਹੁਕਮ ਬਣਾ ਕੇ ਗਿਆ। ਐ ਸਮਝਾਉਣ ਵਾਸਤੇ ਕੋਣ ਅੱਗੇ ਆਏਗਾ ਸਿੱਖੀ ਆਣਗੇ। ਹੁਣ ਜੇ ਉਸ ਦਾ ਬੀੜਾ ਇੱਕ ਬਿਆਨ ਵਿੱਚ ਤੁਹਾਡੇ ਦੁਸ਼ਮਣ ਨੇ ਵੀ ਚੁੱਕ ਲਿਆ ਮੈਂ ਤਾਂ ਫਿਰ ਕਹਿ ਰਿਹਾ ਕਿ ਜੇ ਦੁਸ਼ਮਣ ਨੇ ਵੀ ਚੁੱਕ ਲਿਆ ਤੇ ਤੁਹਾਨੂੰ ਤਾਂ ਪੂਰੇ ਸੰਸਾਰ ਵਿੱਚ ਉਤਾ ਕੇ ਪੈ ਜਾਣਾ ਚਾਹੀਦਾ ਸੀ। ਦੇਖੋ ਜੀ ਰਾਹੁਲ ਕਹ ਰਿਹਾ ਕਿ ਸਾਡੇ ਕਕਾਰ ਸਾਡੇ ਅੰਗ ਨੇ ਤੇ ਇਸ ਤਰ੍ਹਾਂ ਦੂਰ ਕੀਤਾ ਜਾ ਰਿਹਾ ਸਾਨੂੰ ਤੁਹਾਨੂੰ ਤਾਂ ਪੈਂਤਾਲਾ ਲੈਣਾ ਚਾਹੀਦਾ ਸੀ ਔਰ ਵਿਸ਼ਵ ਭਰ ਇਸ ਤੁਹਾਡੀ ਗੱਲ ਸੁਣੀ ਜਾਂਦੀ ਵਿਸ਼ਵ ਭਰ ਸੁਣੀ ਜਾਂਦੀ ਔਰ ਜੋ ਅਮਰੀਕਨ ਅਮਰੀਕਾ ਦੇ ਸਿੱਖੀ ਸਿਆਣਪ ਕਰ ਲੈਂਦੇ ਉਹ ਅਮਰੀਕਾ ਜੜਾ ਕੇ ਤੱਤ ਪਰ ਹੈਗਾ ਮਾਈਨੋਰਟੀਜ਼ ਲਈ ਤੇ ਮਨੁੱਖੀ ਅਧਿਕਾਰਾਂ ਲਈ ਤੇ ਧਾਰਮਿਕ ਅਧਿਕਾਰਾਂ ਲਈ ਉਹ ਤੁਹਾਡੀ ਪਿੱਛੇ ਆ ਕੇ ਆਨ ਖੜਾ ਹੋ ਜਾਂਦਾ ਪਰ ਅਸੀਂ ਮੋਕੇ ਖੁੰਝ ਆ ਜਾਂਦੇ ਆ ਤੇ ਹਮੇਸ਼ਾ ਹੀ ਦੁਸ਼ਮਣ ਦੇ ਪੈਰਾਂ 'ਚ ਪਾ ਕੇ ਆਪਣਾ ਹੀ ਹੱਕਾਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੰਦੇ ਆ ਇਹ ਹੀ ਕੰਮ ਸਿੱਖਾਂ ਨੇ ਹੁਣ ਕੀਤਾ ਹੋਇਆ ਜਿਸ ਲਈ ਮੈਂ ਸਿੱਖਾਂ ਦੀ ਅਤਿ ਦਰਜੇ ਦੀ ਨਿੰਦਾ ਕਰਦਾ ਸਿੱਖ ਲੀਡਰਸ਼ਿਪ ਦੀ ਵੀ ਨਿੰਦਾ ਕਰਦਾ ਆਮ ਸਿੱਖ ਨਾਗਰਿਕ ਦੀ ਵੀ ਨਿੰਦਾ ਕਰਦਾ ਜਿਹੜੇ ਇਹ ਸੋਚ ਹੀ ਝੱਲੇ ਵੀ ਲਿਪੜੇ ਫਿਰਦੇ ਨੇ ਕਿ ਨਹੀਂ ਕਾਂਗਰਸ ਸਾਡੀ ਦੁਸ਼ਮਣ ਸੀ ਕਾਂਗਰਸ ਜਮਾਤ ਬਦਲ ਰਹੀ ਏ ਹਾਂ ਦੁਸ਼ਮਣ ਕੌਣ ਸੀ ਭਾਰਤ ਸਰਕਾਰ ਦੀ ਉਹ ਹਿੰਦੂਤਵਾ ਕੱਟੜਪੰਥੀ ਲਾਬੀ ਉਹ ਦੁਸ਼ਮਣ ਜੇ ਬ੍ਰਾਹਮਣ ਜਿਹੜਾ 550 ਤੋਂ ਵੱਧ ਸਾਲਾਂ ਤੋਂ ਗੁਰੂ ਨਾਨਕ ਪਾਤਸ਼ਾਹ ਜੀ ਨਾਲ ਦੁਸ਼ਮਣੀ ਹੰਡਾ ਰਿਹਾ ਉਹੀ ਦਿੱਲੀ 'ਚ ਬੈਠਾ ਜੇ ਉਸੇ ਨੇ ਸਾਰਾ ਕੁਝ ਭਾਰਤ 'ਚ ਚੋਈ ਕਰਵਾਇਆ ਉਹਦੀ ਜੜ ਨਾਗਪੁਰ ਵਿੱਚ ਵੀ ਜੇ ਉਹਦੀ ਗੜ ਜੜ ਬਿਊਰੋਕ੍ਰੇਸੀ ਵਿੱਚ ਵੀ ਜੇ ਪਾਰਟੀ ਨੂੰ ਵਰਤ ਲਿਆ ਦੂਜੀ ਪਾਰਟੀ ਵੀ ਵਰਤੀ ਉਹ ਵੀ ਤੇ ਨਾਲ ਹੀ ਸੀ ਦੁਸ਼ਮਣ ਨਰਵਾ ਦੋਨਾਂ ਨੂੰ ਇੱਕੋ ਕਟਾਰੇ 'ਚ ਖੜਾ ਕਰ ਲਓ ਥੋੜਾ ਜਿਹਾ ਅਕਲ ਨੂੰ ਹੱਥ ਮਾਰ ਲਓ ਕੂਟਨੀਤਕ ਰਿਸ਼ਤੇ ਬਣਾ ਲੈ ਸਿੱਖ ਲਓ ਜੀ ਜੀ ਬਿਲਕੁਲ ਤੁਹਾਡੀ ਗੱਲ 16 ਨੇ ਸੱਚ ਹੈ ਸਾਨੂੰ ਨੀਤੀਗਤ ਫੈਸਲੇ ਲੈਣ ਲੱਗਿਆਂ ਕੂਟਨੀਤੀ ਨੂੰ ਵੀ ਧਿਆਨ ਵਿੱਚ ਰੱਖਣਾ ਚਾਹੀਦਾ ਅਸੀਂ ਸਿਰਫ ਗਾਲਾਂ ਕੱਟਣ ਤੇ ਹੀ ਜ਼ੋਰ ਦਿੰਨੇ ਆ ਇਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਇੱਕ ਸਾਬਕਾ ਖਾਰਕੂਨ ਨੂੰ ਸਿਰਫ ਐਸ ਕਰਕੇ ਅਸੀਂ ਗਾਣਾ ਕੱਢੀਆਂ ਸੀ ਕਿ ਉਹ ਰਵਾਇਤੀ ਅਕਾਲੀਆਂ ਦੀ ਸਟੇਜ ਤੇ ਚਲਾ ਗਿਆ ਸੀ। ਉਹਦੀ ਅਸੀਂ ਪਿਛਲੀ ਗੱਲ ਨੂੰ ਨਹੀਂ ਦੇਖਿਆ ਕਿ ਉਹ ਕਾਰਨ ਕੀ ਸੀਗਾ। ਕਿਉਂ ਉਹ ਪੰਥ ਤੋਂ ਨਾਰਾਜ਼ ਹੋ ਕੇ ਗਿਆ। ਸਰਦਾਰ ਸਾਹਿਬ ਬਹੁਤ ਬਹੁਤ ਧੰਨਵਾਦ। ਤੁਸੀਂ ਬਹੁਤ ਸੁਚੱਜੇ ਢੰਗ ਦੇ ਨਾਲ ਸਾਰੀ ਗੱਲਬਾਤ ਕੀਤੀ। ਕੱਲ ਫੇਰ ਇੱਕ ਵਾਰ ਨਵੇਂ ਮੁੱਦੇ ਦੇ ਨਾਲ ਤੁਹਾਡੀ ਖਿਦਮਤ ਵਿੱਚ ਹਾਜ਼ਰ ਤੱਕ ਲਈ ਰੱਖਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਕਰਦਾ। ਜੀ ਰਾਜਨੀਤੀ ਵਿੱਚ ਵੀ ਨੀਤੀਪਰਕ ਫੈਸਲੇ ਗੂਟਨੀਤਕ ਆਧਾਰ ਤੇ ਇਸ ਪੈਰਾਮੀਟਰ ਤੇ ਕਰਨੇ ਸਿੱਖ ਆਗੂ ਨੂੰ ਸਿੱਖਣਾ ਚਾਹੀਦਾ ਧਾਰਮਿਕ ਵੀ ਵਿਦਿਆਪੀ ਹਰ ਫੀਲਡ ਦੇ ਆਗੂ ਨੂੰ ਸਿੱਖਣਾ ਚਾਹੀਦਾ ਕਿ ਉਹ ਦੁਸ਼ਮਣ ਦੇ ਟੇੜ ਵਿੱਚੋਂ ਵੀ ਸਿੱਖ ਹੱਕਾਂ ਦੇ ਮੋਤੀ ਚੁਣ ਕੇ ਸਿੱਖ ਸੰਸਾਰ ਦੀ ਪ੍ਰਭਤਾ ਤੇ ਉਹ ਨੂਰ ਕਿਵੇਂ ਜਣ ਸਕਦਾ ਐ ਹੁੰਦੀ ਜੇ ਸਿਆਸਤ ਤਾਨੂੰ ਦੇਖੋ ਮੈਂ ਇੱਕ ਚੀਜ਼ ਤੁਹਾਡਾ ਨਾਲ ਇੱਥੇ ਹੋਰ ਕਲੀਅਰ ਕਰਨੀ ਚਾਹਨਾ ਕਿ ਜਦੋਂ ਗੁਰੂ ਦਸਮ ਪਤਿਆ ਨੇ ਦੀਨਾ ਕਾਂਗੜ ਤੋਂ ਔਰੰਗਜ਼ੇਬ ਨੂੰ ਜ਼ਫਰਨਾਮਾ ਲਿਖਿਆ ਔਰੰਗਜ਼ੇਬ ਦੇ ਜ਼ੁਲਮ ਘਟਾ ਕੇ ਨਹੀਂ ਦੇਖੇ ਜਾ ਸਕਦੇ ਗੁਰਤੇਗ ਭਦਰ ਸਾਹਿਬ ਦੀ ਸ਼ਹੀਦੀ ਮਾਤਾ ਗੁਜਰੀ ਜੀ ਦੀ ਸ਼ਹੀਦੀ ਬਰਲਪੋ ਸੇਭ ਜ਼ਿਆਦਾ ਅਜੀਤ ਸਿੰਘ ਜੁਝਾਰ ਸਿੰਘ ਦੀ ਸ਼ਹੀਦੀ ਔਰ ਮਾਸੂਮ ਬਾਬਾ ਜ਼ੁਰਾਵਰ ਸਿੰਘ ਬਾਬਾ ਫਤਿਹ ਸਿੰਘ ਦੀ ਸ਼ਹਾਦਤ ਹਜ਼ਾਰਾਂ ਸਿੱਖਾਂ ਦਾ ਕਾਤਲ ਔਰੰਗਜ਼ੇਬ ਉਹ ਜ਼ਫਰਨਾਮਾ ਪੜ ਕੇ ਹੀ ਸ਼ਰਮ ਨਾਲ ਮਰ ਗਿਆ ਸੀ ਅੱਜ ਸਿੱਖ ਲਖਾਰੀਆਂ ਦੀਆਂ ਕਲਮਾਂ ਨੂੰ ਜੰਗਾਲ ਪੈ ਚੁੱਕਾ ਅੱਜ ਸਿੱਖ ਲਖਾਰੀ ਹਕੂਮਤ ਦੇ ਤਲਵੇ ਚਟਣ ਚ ਲੱਗੇ ਹੋਏ ਨੇ ਇਹ ਸੱਚ ਸੱਚ ਲਿਖਣ ਦੀ ਜਰੂਰਤ ਨਹੀਂ ਹੈ ਸੱਚ ਬੋਲਣਾ ਸੱਚ ਸੁਣਨਾ ਸੱਚ ਕਹਿਣਾ ਜ਼ਰੂਰੀ ਹੈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਸਾਡੀ ਸਿੱਖ ਲੀਡਰਸ਼ਿਪ ਨੂੰ ਪਤਾ ਲੱਗ ਸਕੇ ਕਿ ਕੂਟਨੀਤੀ ਵੀ ਹੁੰਦੀ ਹੈ ਸਿਰਫ ਰਾਜਨੀਤੀ ਸਭ ਕੁਝ ਨਹੀਂ ਹੈ ਕੂਟਨੀਤੀ ਵੀ ਕਿਤੇ ਨਾ ਕਿਤੇ ਕੰਮ ਕਰਦੀ ਹੈ ਤੇ ਉਹ ਕੂਟਨੀਤੀ ਦੇ ਨਾਲ ਫੈਸਲੇ ਲੈ ਸਕਣ ਸਰਦਾਰ ਸਾਹਿਬ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ